ਓਮ ਸ਼ਾਂਤੀ। ਅੱਜ 29/8/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਸੀਂ ਇੱਥੇ ਪੜ੍ਹਾਈ ਪੜ੍ਹਨ ਲਈ ਆਏ ਹੋ। ਤੁਹਾਨੂੰ ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਪੜ੍ਹਾਈ ਅੱਖਾਂ ਖੋਲ੍ਹ ਕੇ ਪੜ੍ਹੀ ਜਾਂਦੀ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਭਗਤੀ ਮਾਰਗ ਵਿੱਚ ਕਿਹੜੀ ਆਦਤ ਭਗਤਾਂ ਵਿੱਚ ਹੁੰਦੀ ਹੈ ਜੋ ਹੁਣ ਤੁਸੀਂ ਬੱਚਿਆਂ ਵਿੱਚ ਨਹੀਂ ਹੋਣੀ ਚਾਹੀਦੀ? ਅੱਜ ਬਾਬਾ ਦਾ ਉੱਤਰ ਹੈ, ਭਗਤੀ ਵਿੱਚ ਕਿਸੇ ਵੀ ਦੇਵਤਾ ਦੀ ਮੂਰਤੀ ਅੱਗੇ ਜਾ ਕੇ ਕੁਛ ਨਾ ਕੁਛ ਮੰਗਦੇ ਰਹਿੰਦੇ ਹੈ। ਉਹਨਾਂ ਵਿੱਚ ਮੰਗਣ ਦੀ ਹੀ ਆਦਤ ਪੈ ਜਾਂਦੀ ਹੈ। ਲਕਸ਼ਮੀ ਦੇ ਅੱਗੇ ਜਾਣਗੇ ਤਾਂ ਧਨ ਮੰਗਣਗੇ, ਲੇਕਿਨ ਮਿਲਦਾ ਕੁਛ ਵੀ ਨਹੀਂ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਆਦਤ ਨਹੀਂ, ਤੁਸੀਂ ਤਾਂ ਬਾਪ ਦੇ ਵਰਸੇ ਦੇ ਅਧਿਕਾਰੀ ਹੋ। ਤੁਸੀਂ ਸੱਚੇ ਬਚਿੱਤਰ ਬਾਪ ਨੂੰ ਵੇਖਦੇ ਰਹੋ, ਇਸ ਵਿੱਚ ਹੀ ਤੁਹਾਡੀ ਸੱਚੀ ਕਮਾਈ ਹੈ। ਓਮ ਸ਼ਾਂਤੀ। ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹੈ, ਇਹ ਪਾਠਸ਼ਾਲਾ ਹੈ, ਪਰੰਤੂ ਇੱਥੇ ਕੋਈ ਚਿੱਤਰ ਮਤਲਬ ਦੇਹਧਾਰੀ ਨੂੰ ਨਹੀਂ ਵੇਖਣਾ ਹੈ। ਇੱਥੇ ਵੇਖਦੇ ਵੀ ਬੁੱਧੀ ਉਸ ਵੱਲ ਜਾਣੀ ਚਾਹੀਦੀ ਹੈ ਜਿਸ ਦਾ ਕੋਈ ਚਿੱਤਰ ਨਹੀਂ ਹੈ। ਸਕੂਲ ਵਿੱਚ ਬੱਚਿਆਂ ਦਾ ਧਿਆਨ ਸਦਾ ਟੀਚਰ ਵਿੱਚ ਰਹਿੰਦਾ ਹੈ, ਕਿਉਂਕਿ ਉਹ ਪੜ੍ਹਾਉਂਦੇ ਹੈ ਤਾਂ ਜ਼ਰੂਰ ਉਹਨਾਂ ਦਾ ਸੁਣਨਾ ਹੈ, ਫਿਰ ਰਿਸਪੋਂਡ ਕਰਨਾ ਹੈ। ਟੀਚਰ ਪ੍ਰਸ਼ਨ ਪੁੱਛੇਗਾ ਤਾਂ ਇਸ਼ਾਰਾ ਕਰਨਗੇ ਨਾ, ਮੈਂ ਦੱਸਦਾ ਹਾਂ ਇੱਥੇ ਇਹ ਹੈ ਵਿਚਿੱਤਰ ਸਕੂਲ, ਕਿਉਂਕਿ ਵਿਚਿੱਤਰ ਪੜ੍ਹਾਈ ਹੈ। ਜਿਸ ਦਾ ਕੋਈ ਚਿੱਤਰ ਨਹੀਂ ਹੈ ਤਾਂ ਪੜ੍ਹਾਈ ਵਿੱਚ ਅੱਖਾਂ ਖੋਲ੍ਹ ਕੇ ਬੈਠਣਾ ਚਾਹੀਦਾ ਹੈ ਨਾ। ਸਕੂਲ ਵਿੱਚ ਟੀਚਰ ਦੇ ਸਾਹਮਣੇ ਕਦੇ ਅੱਖਾਂ ਬੰਦ ਕਰਕੇ ਬੈਠਦੇ ਹੈ ਕਿ ਭਗਤੀ ਮਾਰਗ ਵਿੱਚ ਹਿਰੇ ਹੋਏ ਹੈ? ਅੱਖਾਂ ਬੰਦ ਕਰ ਮਾਲਾ ਜਪਣਾ ਆਦਿ ਸਾਧੂ ਲੋਕ ਵੀ ਅੱਖਾਂ ਬੰਦ ਕਰਕੇ ਬੈਠਦੇ ਹੈ। ਉਹ ਤਾਂ ਔਰਤਾਂ ਨੂੰ ਵੇਖਦੇ ਵੀ ਨਹੀਂ ਹੈ ਕਿ ਕਿਤੇ ਮਨ ਚਲਾਇਮਾਨ ਨਾ ਹੋ ਜਾਵੇ। ਪਰੰਤੂ ਅੱਜ ਕੱਲ੍ਹ ਜ਼ਮਾਨਾ ਹੈ ਤਮੋ ਪ੍ਰਧਾਨ। ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹੈ, ਇੱਥੇ ਤੁਸੀਂ ਭਾਵੇਂ ਵੇਖਦੇ ਹੋ ਸਰੀਰ ਨੂੰ, ਪਰੰਤੂ ਬੁੱਧੀ ਉਸ ਵਿਚਿੱਤਰ ਨੂੰ ਯਾਦ ਕਰਨ ਵਿੱਚ ਰਹਿੰਦੀ ਹੈ। ਅਜਿਹਾ ਕੋਈ ਸਾਧੂ ਸੰਤ ਨਹੀਂ ਹੋਵੇਗਾ ਜੋ ਸਰੀਰ ਨੂੰ ਵੇਖਦੇ ਯਾਦ ਵਿੱਚ ਉਸ ਵਿਚਿੱਤਰ ਨੂੰ ਕਰੇ। ਤੁਸੀਂ ਜਾਣਦੇ ਹੋ ਇਸ ਰੱਥ ਵਿੱਚ ਉਹ ਬਾਬਾ ਸਾਨੂੰ ਪੜ੍ਹਾਉਂਦੇ ਹੈ, ਉਹ ਬੋਲਦੇ ਹੈ। ਕਦੀ ਤਾਂ ਸਭ ਕੁਛ ਆਤਮਾ ਹੀ ਹੈ, ਸਰੀਰ ਤਾਂ ਕੁਛ ਵੀ ਨਹੀਂ ਕਰਦਾ, ਆਤਮਾ ਸੁਣਦੀ ਹੈ। ਰੂਹਾਨੀ ਗਿਆਨ ਜਾਂ ਜਿਸਮਾਨੀ ਗਿਆਨ ਸੁਣਦੀ ਸੁਣਾਉਂਦੀ ਆਤਮਾ ਹੀ ਹੈ। ਆਤਮਾ ਜਿਸਮਾਨੀ ਟੀਚਰ ਬਣਦੀ ਹੈ। ਸਰੀਰ ਦੁਆਰਾ ਜਿਸਮਾਨੀ ਪੜ੍ਹਾਈ ਪੜ੍ਹਾਉਂਦੇ ਹੋ, ਉਹ ਵੀ ਆਤਮਾ ਹੀ ਪੜ੍ਹਦੀ ਹੈ। ਸੰਸਕਾਰ ਚੰਗੇ ਜਾਂ ਬੁਰੇ ਆਤਮਾ ਹੀ ਧਾਰਨ ਕਰਦੀ ਹੈ। ਸਰੀਰ ਤਾਂ ਰਾਖ ਹੋ ਜਾਂਦਾ ਹੈ, ਇਹ ਵੀ ਕੋਈ ਮਨੁੱਖ ਨਹੀਂ ਜਾਣਦੇ। ਉਹਨਾਂ ਨੂੰ ਦੇਹ ਅਭਿਮਾਨ ਰਹਿੰਦਾ ਹੈ, ਮੈਂ ਫਲਾਨਾ ਹਾਂ, ਮੈਂ ਪ੍ਰਾਈਮ ਮਿਨਿਸਟਰ ਹਾਂ। ਇਵੇਂ ਨਹੀਂ ਕਹਿਣਗੇ ਕਿ ਮੈਂ ਆਤਮਾ ਨੇ ਇਹ ਪ੍ਰਾਈਮ ਮਿਨਿਸਟਰ ਦਾ ਸਰੀਰ ਲਿਆ ਹੈ। ਇਹ ਵੀ ਤੁਸੀਂ ਸਮਝਦੇ ਹੋ, ਸਭ ਕੁਛ ਆਤਮਾ ਹੀ ਕਰਦੀ ਹੈ। ਆਤਮਾ ਅਵਿਨਾਸ਼ੀ ਹੈ, ਸਰੀਰ ਸਿਰਫ ਇਹ ਪਾਰਟ ਬਜਾਉਣ ਲਈ ਮਿਲਿਆ ਹੈ। ਇਸ ਵਿੱਚ ਜੇਕਰ ਆਤਮਾ ਨਾ ਹੁੰਦੀ ਤਾਂ ਸਰੀਰ ਕੁਛ ਕਰ ਨਹੀਂ ਸਕਦਾ। ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਤਾਂ ਜਿਵੇਂ ਇੱਕ ਲੋਥ ਪਈ ਰਹਿੰਦੀ ਹੈ। ਆਤਮਾ ਨੂੰ ਇਹਨਾਂ ਅੱਖਾਂ ਨਾਲ ਵੇਖ ਨਹੀਂ ਸਕਦੇ, ਉਹ ਤਾਂ ਸੂਖਮ ਹੈ ਨਾ। ਤਾਂ ਬਾਪ ਕਹਿੰਦੇ ਹੈ, ਬੁੱਧੀ ਨਾਲ ਬਾਪ ਨੂੰ ਯਾਦ ਕਰੋ, ਤੁਹਾਨੂੰ ਵੀ ਬੁੱਧੀ ਵਿੱਚ ਹੈ। ਸਾਨੂੰ ਸ਼ਿਵ ਬਾਬਾ ਪੜ੍ਹਾਉਂਦੇ ਹੈ ਇਹਨਾਂ ਦੁਆਰਾ। ਇਹ ਵੀ ਸੂਖਮ ਸਮਝਣ ਦੀਆਂ ਗੱਲਾਂ ਹੈ। ਕੋਈ ਤਾਂ ਚੰਗੀ ਤਰ੍ਹਾਂ ਸਮਝਦੇ ਹੈ, ਕਈ ਤਾਂ ਜ਼ਰਾ ਵੀ ਨਹੀਂ ਸਮਝਦੇ। ਹੈ ਹੀ ਸਿਰਫ ਇਹ ਗੱਲ, ਅਲਫ ਮਾਨਾ ਭਗਵਾਨ ਬਾਬਾ, ਸਿਰਫ ਭਗਵਾਨ
ਜਾਂ ਈਸ਼ਵਰ ਕਹਿਣ ਨਾਲ ਉਹ ਬਾਪ ਦਾ ਸੰਬੰਧ ਨਹੀਂ ਰਹਿੰਦਾ ਹੈ। ਇਸ ਵਕਤ ਸਭ ਪੱਥਰ ਬੁੱਧੀ ਹੈ, ਕਿਉਂਕਿ ਰਚਤਾ ਬਾਪ ਅਤੇ ਰਚਨਾ ਦੇ ਆਦਿ ਮਧਿਅੰਤ ਨੂੰ ਨਹੀਂ ਜਾਣਦੇ ਹੈ। ਇਹ ਵਰਲਡ ਦੀ ਹਿਸਟਰੀ ਜੋਗ੍ਰਾਫੀ ਰਿਪੀਟ ਹੁੰਦੀ ਰਹਿੰਦੀ ਹੈ। ਹੁਣ ਸੰਗਮ ਯੁੱਗ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਸਮਝਦੇ ਹੋ, ਪਹਿਲੇ ਅਸੀਂ ਵੀ ਨਹੀਂ ਜਾਣਦੇ ਸੀ ਬਾਬਾ, ਹੁਣ ਤੁਹਾਨੂੰ ਇੱਥੇ ਗਿਆਨ ਨਾਲ ਸ਼ਿੰਗਾਰਦੇ ਹੈ, ਫਿਰ ਇੱਥੇ ਬਾਹਰ ਜਾਂਦੇ ਹੈ ਤਾਂ ਮਾਇਆ ਧੂਲ ਵਿੱਚ ਲਵੇੜ ਗਿਆਨ ਸ਼ਿੰਗਾਰ ਵਿਗਾੜ ਦਿੰਦੀ ਹੈ। ਬਾਪ ਸ਼ਿੰਗਾਰ ਤੇ ਕਰਦੇ ਹੈ, ਪਰੰਤੂ ਆਪਣਾ ਪੁਰਸ਼ਾਰਥ ਵੀ ਕਰਨਾ ਚਾਹੀਦਾ ਹੈ। ਕਈ ਬੱਚੇ ਮੂੰਹ ਤੋਂ ਇਵੇਂ ਬੋਲਦੇ ਹੈ ਜਿਵੇਂ ਜੰਗਲੀ ਸ਼ਿੰਗਾਰ ਜਿਵੇਂ ਕਿ ਹੋਇਆ ਹੀ ਨਹੀਂ ਹੈ, ਸਭ ਭੁੱਲ ਜਾਂਦੇ ਹੈ। ਲਾਸਟ ਨੰਬਰ ਵਿੱਚ ਜੋ ਸਟੂਡੈਂਟ ਬੈਠੇ ਰਹਿੰਦੇ ਹੈ ਉਹਨਾਂ ਦੀ ਪੜ੍ਹਾਈ ਵਿੱਚ ਇੰਨੀ ਦਿਲ ਨਹੀਂ ਲੱਗਦੀ ਹੈ। ਹਾਂ, ਫੈਕਟਰੀ ਆਦਿ ਵਿੱਚ ਸਰਵਿਸ ਕਰ ਸਾਹੂਕਾਰ ਬਣ ਜਾਂਦੇ ਹੈ, ਪੜ੍ਹਿਆ ਹੋਇਆ ਕੁਛ ਨਹੀਂ, ਇਹ ਤਾਂ ਬਹੁਤ ਊਂਚ ਪੜ੍ਹਾਈ ਹੈ। ਪੜ੍ਹਾਈ ਬਿਨਾਂ ਤਾਂ ਊਂਚ ਭਵਿੱਖ ਪਦ ਮਿਲ ਨਹੀਂ ਸਕਦਾ ਹੈ। ਇੱਥੇ ਤੁਸੀਂ ਫੈਕਟਰੀ ਆਦਿ ਵਿੱਚ ਬੈਠ ਕੇ ਕੋਈ ਕੰਮ ਨਹੀਂ ਕਰਨਾ ਹੈ ਜਿਸ ਨਾਲ ਧਨਵਾਨ ਬਣਨਾ ਹੈ, ਇਹ ਤਾਂ ਸਭ ਕੁਛ ਖਲਾਸ ਹੋਣਾ ਹੈ। ਨਾਲ ਚੱਲੇਗੀ ਸਿਰਫ ਅਵਿਨਾਸ਼ੀ ਕਮਾਈ। ਤੁਹਾਨੂੰ ਪਤਾ ਹੈ, ਮਨੁੱਖ ਮਰਦੇ ਹੈ ਤਾਂ ਖਾਲੀ ਹੱਥ ਜਾਂਦੇ ਹੈ, ਨਾਲ ਕੁਛ ਵੀ ਲੈ ਨਹੀਂ ਜਾਣਗੇ, ਤੁਹਾਡੇ ਹੱਥ ਭਰਤੂ ਭਰੇ ਹੋਏ ਜਾਣਗੇ। ਇਸ ਨੂੰ ਕਿਹਾ ਜਾਂਦਾ ਹੈ ਸੱਚੀ ਕਮਾਈ। ਇਹ ਸੱਚੀ ਕਮਾਈ ਤੁਹਾਡੀ ਹੁੰਦੀ ਹੈ 21 ਜਨਮਾਂ ਦੇ ਲਈ। ਬੇਹਦ ਦਾ ਬਾਪ ਹੀ ਸੱਚੀ ਕਮਾਈ ਕਰਾਉਂਦੇ ਹੈ। ਤੁਸੀਂ ਬੱਚੇ ਵੇਖਦੇ ਹੋ ਇਹ ਚਿੱਤਰ ਨੂੰ, ਪਰੰਤੂ ਯਾਦ ਕਰਦੇ ਹੋ ਵਿਚਿੱਤਰ ਬਾਪ ਨੂੰ, ਕਿਉਂਕਿ ਤੁਸੀਂ ਵੀ ਆਤਮਾ ਹੋ ਤਾਂ ਆਤਮਾ ਆਪਣੇ ਬਾਪ ਨੂੰ ਹੀ ਵੇਖਦੀ ਹੈ, ਉਹਨਾਂ ਤੋਂ ਪੜ੍ਹਦੀ ਹੈ। ਆਤਮਾ ਨੂੰ ਅਤੇ ਪਰਮਾਤਮਾ ਨੂੰ ਤੁਸੀਂ ਵੇਖਦੇ ਨਹੀਂ ਹੋ, ਪਰੰਤੂ ਬੁੱਧੀ ਤੋਂ ਜਾਣਦੇ ਹੋ। ਅਸੀਂ ਆਤਮ ਅਵਿਨਾਸ਼ੀ ਹਾਂ। ਇਹ ਸਰੀਰ ਵਿਨਾਸ਼ੀ ਹੈ, ਇਹ ਬਾਪ ਵੀ ਭਾਵੇਂ ਸਾਹਮਣੇ ਤੁਹਾਨੂੰ ਬੱਚਿਆਂ ਨੂੰ ਵੇਖਦੇ ਹੈ, ਪਰੰਤੂ ਬੁੱਧੀ ਵਿੱਚ ਹੈ ਕਿ ਆਤਮਾ ਨੂੰ ਸਮਝਾਉਂਦੇ ਹਾਂ। ਹੁਣ ਬਾਪ ਤੁਹਾਨੂੰ ਬੱਚਿਆਂ ਨੂੰ ਜੋ ਸਿਖਾਉਂਦੇ ਹੈ ਉਹ ਸੱਚ ਹੀ ਸੱਚ ਹੈ, ਇਸ ਵਿੱਚ ਝੂਠ ਦੀ ਰਤੀ ਨਹੀਂ। ਤੁਸੀਂ ਸੱਚਖੰਡ ਦੇ ਮਾਲਿਕ ਬਣਦੇ ਹੋ। ਇਹ ਹੈ ਝੂਠਖੰਡ, ਝੂਠਖੰਡ ਹੈ ਕਲਯੁੱਗ, ਸੱਚਖੰਡ ਹੈ ਸਤਯੁੱਗ। ਰਾਤ ਦਿਨ ਦਾ ਫਰਕ ਹੈ। ਸਤਯੁੱਗ ਵਿੱਚ ਦੁੱਖ ਦੀ ਗੱਲ ਨਹੀਂ ਹੁੰਦੀ, ਨਾਮ ਹੀ ਹੈ ਸੁਖਧਾਮ। ਉਸ ਸੁਖਧਾਮ ਦਾ ਮਾਲਿਕ ਤਾਂ ਬੇਹੱਦ ਦਾ ਬਾਪ ਹੀ ਬਣਾਉਣਗੇ, ਉਹਨਾਂ ਦਾ ਕੋਈ ਚਿੱਤਰ ਨਹੀਂ, ਹੋਰ ਸਭ ਦੇ ਚਿੱਤਰ ਹੈ। ਉਹਨਾਂ ਦੀ ਆਤਮਾ ਦਾ ਨਾਮ ਫਿਰਦਾ ਹੈ ਕਿ ਉਹਨਾਂ ਦਾ ਨਾਮ ਹੀ ਹੈ ਸ਼ਿਵ, ਹੋਰ ਸਭ ਨੂੰ ਆਤਮਾ ਹੀ ਆਤਮਾ ਕਹਿੰਦੇ, ਬਾਕੀ ਸਰੀਰ ਦਾ ਨਾਮ ਪੈਂਦਾ ਹੈ। ਸ਼ਿਵਲਿੰਗ ਹੈ ਨਿਰਾਕਾਰ, ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ, ਇਹ ਸ਼ਿਵ ਦੀ ਮਹਿਮਾ ਹੈ। ਉਹ ਬਾਪ ਵੀ ਹੈ ਅਤੇ ਬਾਪ ਤੋਂ ਜ਼ਰੂਰ ਵਰਸਾ ਮਿਲਣਾ ਹੈ। ਰਚਨਾ ਨੂੰ ਰਚਨਾ ਤੋਂ ਵਰਸਾ ਨਹੀਂ ਮਿਲਦਾ, ਵਰਸਾ ਰਚਤਾ ਦੇਣਗੇ ਆਪਣੇ ਬੱਚਿਆਂ ਨੂੰ। ਆਪਣੇ ਬੱਚੇ ਹੁੰਦੀਆਂ ਭਰਾ ਅਤੇ ਬੱਚਿਆਂ ਨੂੰ ਵਰਸਾ ਦੇਣਗੇ ਕਿ ਇਹ ਵੀ ਬੇਹੱਦ ਦਾ ਬਾਪ ਆਪਣੇ ਬੇਹੱਦ ਦੇ ਬੱਚਿਆਂ ਨੂੰ ਵਰਸਾ ਦਿੰਦੇ ਹੈ। ਇਹ ਪੜ੍ਹਾਈ ਹੈ ਨਾ, ਜਿਵੇਂ ਪੜ੍ਹਾਈ ਨਾਲ ਮਨੁੱਖ ਬਰਿਸਟਰ ਆਦਿ ਬਣਦੇ ਹੈ, ਪੜ੍ਹਾਉਣ ਵਾਲੇ ਨਾਲ ਅਤੇ ਪੜ੍ਹਾਈ ਨਾਲ ਯੋਗ ਰਹਿੰਦਾ ਹੈ, ਇਹ ਤਾਂ ਪੜ੍ਹਾਉਣ ਵਾਲਾ ਹੈ। ਬਚਿੱਤਰ, ਤੁਸੀਂ ਆਤਮਾਵਾਂ ਵੀ ਬਚਿੱਤਰ ਹੈ। ਬਾਪ ਕਹਿੰਦੇ ਹੈ ਮੈਂ ਆਤਮਾਵਾਂ ਨੂੰ ਪੜ੍ਹਾਉਂਦਾ ਹਾਂ, ਤੁਸੀਂ ਵੀ ਸਮਝੋ ਸਾਨੂੰ ਬਾਪ ਪੜ੍ਹਾਉਂਦੇ ਹੈ। ਇੱਕ ਹੀ ਵਾਰ
ਬਾਪ ਆ ਕੇ ਪੜ੍ਹਾਉਂਦੇ ਹੈ। ਪੜ੍ਹਦੀ ਤਾਂ ਆਤਮਾ ਹੈ ਨਾ, ਦੁੱਖ ਸੁੱਖ ਆਤਮਾ ਭੋਗਦੀ ਹੈ, ਪਰੰਤੂ ਸਰੀਰ ਦੁਆਰਾ ਆਤਮਾ ਨਿਕਲ ਜਾਏ ਤਾਂ ਫਿਰ ਭਾਵੇਂ ਸਰੀਰ ਨੂੰ ਕਿੰਨਾ ਵੀ ਮਾਰੋ, ਜਿਵੇਂ ਮਿੱਟੀ ਨੂੰ ਮਾਰਦੇ ਹੋ। ਤਾਂ ਬਾਪ ਬਾਰ ਬਾਰ ਸਮਝਾਉਂਦੇ ਹੈ, ਆਪਣੇ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ। ਇਹ ਤਾਂ ਬਾਬਾ ਜਾਣਦੇ ਹੈ, ਨੰਬਰ ਵਾਰ ਧਾਰਨਾ ਕਰਦੇ ਹੈ। ਕੋਈ ਤਾਂ ਬਿਲਕੁਲ ਜਿਵੇਂ ਬੁੱਧੂ ਹੈ, ਕੁਛ ਨਹੀਂ ਸਮਝਦੇ। ਗਿਆਨ ਤਾਂ ਬੜਾ ਸਹਿਜ ਹੈ, ਅੰਨਾ ਲੂਲਾ ਲੰਗੜਾ ਵੀ ਸਮਝ ਸਕਦੇ ਹੈ, ਕਿਉਂਕਿ ਇਹ ਤਾਂ ਆਤਮਾ ਨੂੰ ਸਮਝਾਇਆ ਜਾਂਦਾ ਹੈ ਨਾ। ਆਤਮਾ ਲੂਲੀ ਲੰਗੜੀ ਨਹੀਂ ਹੁੰਦੀ, ਸਰੀਰ ਹੁੰਦਾ ਹੈ। ਬਾਪ ਕਿੰਨੀ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹੈ, ਪਰੰਤੂ ਭਗਤੀ ਮਾਰਗ ਦੀ ਆਦਤ ਅੱਖਾਂ ਬੰਦ ਕਰਕੇ ਬੈਠਣ ਦੀ ਪਈ ਹੋਈ ਹੈ, ਜਿਵੇਂ ਮੱਤ ਵਾਲੇ। ਬਾਪ ਕਹਿੰਦੇ ਹੈ ਅੱਖਾਂ ਬੰਦ ਨਾ ਕਰੋ, ਸਾਹਮਣੇ ਵੇਖਦੇ ਹੋਏ ਵੀ ਬੁੱਧੀ ਨਾਲ ਬਾਪ ਨੂੰ ਯਾਦ ਕਰੋ, ਤਾਂ ਹੀ ਵਿਕਰਮ ਵਿਨਾਸ਼ ਹੋਣਗੇ। ਕਿੰਨਾ ਸਹਿਜ ਹੈ। ਫਿਰ ਵੀ ਕਹਿੰਦੇ ਬਾਬਾ ਅਸੀਂ ਯਾਦ ਨਹੀਂ ਕਰ ਸਕਦੇ ਹਾਂ। ਅਰੇ ਲੌਕਿਕ ਬਾਪ ਜਿਸ ਤੋਂ ਹੱਦ ਦਾ ਵਰਸਾ ਮਿਲਦਾ ਹੈ, ਉਹਨਾਂ ਨੂੰ ਤਾਂ ਮਰਨ ਤੱਕ ਵੀ ਯਾਦ ਕਰਦੇ। ਇਹ ਤਾਂ ਸਭ ਆਤਮਾਵਾਂ ਦਾ ਬੇਹੱਦ ਦਾ ਭਾਵ ਹੈ। ਉਹਨਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ। ਜਿਸ ਬਾਪ ਨੂੰ ਬੁਲਾਉਂਦੇ ਵੀ ਹੈ ਉਹ ਗੋਡ ਫਾਦਰ ਗਾਈਡ ਹੈ। ਅਸਲ ਵਿੱਚ ਇਹ ਕਹਿਣਾ ਵੀ ਗਲਤ ਹੈ। ਬਾਪ ਸਿਰਫ ਇੱਕ ਦਾ ਤਾਂ ਗਾਈਡ ਨਹੀਂ ਹੈ, ਉਹ ਤਾਂ ਬੇਹੱਦ ਦਾ ਗਾਈਡ ਹੈ। ਇੱਕ ਨੂੰ ਥੋੜ੍ਹੀ ਨਾਲ ਲਿਬਰੇਟ ਕਰਨਗੇ। ਬਾਪ ਕਹਿੰਦੇ ਹੈ ਮੈਂ ਸਭ ਦੀ ਆ ਕੇ ਗਤੀ ਕਰਦਾ ਹਾਂ, ਮੈਂ ਆਇਆ ਹੀ ਹਾਂ ਸਭ ਨੂੰ ਸ਼ਾਂਤੀ ਧਾਮ ਭੇਜਣ ਦੇ ਲਈ, ਇੱਥੇ ਮੰਗਣ ਦੀ ਲੋੜ ਨਹੀਂ। ਬੇਹੱਦ ਦਾ ਬਾਪ ਹੈ ਨਾ, ਉਹ ਤਾਂ ਹੱਦ ਵਿੱਚ ਆ ਕੇ ਮੀਂਹ ਮੀਂਹ ਕਰਦੇ ਰਹਿੰਦੇ ਹੈ। ਹੇ ਪਰਮਾਤਮਾ ਸਾਨੂੰ ਸੁੱਖ ਦੇਵੋ, ਦੁੱਖ ਮਿਟਾਓ, ਅਸੀਂ ਪਾਪੀ ਨੀਚ ਹਾਂ, ਆਪ ਰਹਿਮ ਕਰੋ। ਬਾਪ ਕਹਿੰਦੇ ਹੈ ਮੈਂ ਬੇਹੱਦ ਦੀ ਪੁਰਾਣੀ ਸ੍ਰਿਸ਼ਟੀ ਨੂੰ ਨਵੀਂ ਬਣਾਉਣ ਆਇਆ ਹਾਂ, ਨਵੀਂ ਸ੍ਰਿਸ਼ਟੀ ਵਿੱਚ ਦੇਵਤਾ ਰਹਿੰਦੇ ਹੈ, ਮੈਂ ਹਰ 5000 ਵਰ੍ਹਿਆਂ ਬਾਅਦ ਆਉਂਦਾ ਹਾਂ। ਜਦੋਂ ਕਿ ਤੁਸੀਂ ਪੂਰੇ ਪਾਤਿਤ ਬਣ ਜਾਂਦੇ ਹੋ। ਇਹ ਹੈ ਆਸੂਰੀ ਸੰਪਰਦਾਇ। ਸਤਿਗੁਰੂ ਤਾਂ ਇੱਕ ਹੀ ਹੈ, ਸੱਚ ਬੋਲਣ ਵਾਲਾ। ਉਹੀ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਬਾਪ ਕਹਿੰਦੇ ਹੈ ਮਾਤਾਵਾਂ ਵੀ ਸਵਰਗ ਦਾ ਦਵਾਰ ਖੋਲ੍ਹਣ ਵਾਲੀਆਂ ਹੈ। ਲਿਖਿਆ ਵੀ ਹੋਇਆ ਹੈ ਗੇਟ ਵੇ ਟੂ ਹੈਵਨ, ਪਰੰਤੂ ਇਹ ਵੀ ਮਨੁੱਖ ਸਮਝ ਥੋੜ੍ਹੀ ਨਾ ਸਕਦੇ ਹੈ। ਨਰਕ ਵਿੱਚ ਪਏ ਹੈ ਨਾ, ਤਾਂ ਹੀ ਤਾਂ ਬੁਲਾਉਂਦੇ ਹੈ। ਹੁਣ ਬਾਬਾ ਤੁਹਾਨੂੰ ਸਵਰਗ ਵਿੱਚ ਜਾਣ ਦਾ ਰਸਤਾ ਦੱਸਦੇ ਹੈ। ਬਾਪ ਕਹਿੰਦੇ ਹੈ ਮੈਂ ਆਉਂਦਾ ਹੀ ਹਾਂ ਪਾਤਿੱਤਾਂ ਨੂੰ ਪਾਵਨ ਬਣਾਉਣ ਅਤੇ ਵਾਪਿਸ ਲੈ ਜਾਣ ਲਈ। ਹੁਣ ਆਪਣੇ ਨੂੰ ਆਤਮਾ ਸਮਝ, ਬਾਪ ਨੂੰ ਯਾਦ ਕਰੋ, ਤਾਂ ਤੁਹਾਡੇ ਪਾਪ ਘਟ ਜਾਣਗੇ। ਸਭ ਨੂੰ ਇੱਕ ਹੀ ਗੱਲ ਸੁਣਾਓ ਕਿ ਬਾਪ ਕਹਿੰਦੇ ਹੈ ਮਾਇਆ ਜੀਤ ਜਗਤ ਜੀਤ ਬਣੋ। ਮੈਂ ਤੁਹਾਨੂੰ ਸਭ ਨੂੰ ਜਗਤ ਦਾ ਮਾਲਿਕ ਬਣਨ ਦਾ ਰਸਤਾ ਦੱਸਦਾ ਹਾਂ। ਫਿਰ ਲਕਸ਼ਮੀ ਦੀਪ ਦੀ ਮਾਲਾ ਤੇ ਪੂਜਾ ਕਰਦੇ ਹੈ, ਉਹਨਾਂ ਤੋਂ ਧਨ ਮੰਗਦੇ ਹੈ। ਇਵੇਂ ਨਹੀਂ ਕਹਿੰਦੇ ਹੈਲਥ ਚੰਗੀ ਕਰੋ, ਉਮਰ ਵੱਡੀ ਕਰੋ। ਤੁਸੀਂ ਤਾਂ ਬਾਪ ਤੋਂ ਵਰਸਾ ਲੈਂਦੇ ਹੋ, ਉਮਰ ਕਿੰਨੀ ਵੱਡੀ ਹੋ ਜਾਂਦੀ ਹੈ। ਹੁਣ ਹੈਲਥ ਵੈਲਥ ਹੈਪੀਨੈਸ ਸਭ ਤੇ ਦੇ ਦਿੰਦੇ ਹੈ। ਉਹ ਤਾਂ ਲਕਸ਼ਮੀ ਤੋਂ ਸਿਰਫ ਠੀਕਰੀਆਂ ਮੰਗਦੇ ਹੈ, ਉਹ ਵੀ ਮਿਲਦੀਆਂ ਥੋੜ੍ਹੀ ਨਾ ਹੈ। ਇਹ ਇੱਕ ਆਦਤ ਪੈ ਗਈ ਹੈ, ਦੇਵਤਾ ਦੇ ਅੱਗੇ ਜਾਣਗੇ ਭੀਖ ਮੰਗਣ। ਇੱਥੇ ਤਾਂ ਤੁਸੀਂ ਬਾਪ ਕੋਲੋਂ ਕੁਛ ਵੀ ਮੰਗਣਾ ਨਹੀਂ ਹੈ। ਤੁਹਾਨੂੰ ਤੇ ਬਾਪ ਕਹਿੰਦੇ ਹੈ ਮਮੇ ਕਮਯਾਦ ਕਰਨ ਨਾਲ ਮਾਲਿਕ ਬਣ ਜਾਓਗੇ ਅਤੇ ਸ੍ਰਿਸ਼ਟੀ ਚੱਕਰ ਨੂੰ ਜਾਣ ਨਾਲ ਚੱਕਰਵਰਤੀ ਰਾਜਾ ਬਣ ਜਾਓਗੇ। ਦੈਵੀ ਗੁਣ ਵੀ ਧਾਰਨ ਕਰਨੇ ਹੈ, ਇਸ ਵਿੱਚ ਕੁਛ ਬੋਲਣ ਦੀ ਲੋੜ ਨਹੀਂ ਰਹਿੰਦੀ, ਜਦੋਂ ਕਿ ਬਾਪ ਤੋਂ ਸਵਰਗ ਦਾ ਵਰਸਾ ਮਿਲਦਾ ਹੈ।
ਹੁਣ ਤੁਸੀਂ ਇਹਨਾਂ ਦੀ ਪੂਜਾ ਕਰੋਗੇ ਕਿ ਤੁਸੀਂ ਜਾਣਦੇ ਹੋ ਅਸੀਂ ਖੁਦ ਹੀ ਇਹ ਬਣਦੇ ਹਾਂ, ਫਿਰ ਇਹਨਾਂ ਪੰਜ ਤੱਤਵਾਂ ਦੀ ਕੀ ਪੂਜਾ ਕਰੋਗੇ? ਸਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਫਿਰ ਇਹ ਕੀ ਕਰਾਂਗੇ? ਹੁਣ ਤੁਸੀਂ ਮੰਦਿਰ ਆਦਿ ਵਿੱਚ ਨਹੀਂ ਜਾਓਗੇ, ਬਾਪ ਕਹਿੰਦੇ ਹੈ। ਇਹ ਸਭ ਭਗਤੀ ਮਾਰਗ ਦੀ ਸਮੱਗਰੀ ਹੈ। ਗਿਆਨ ਵਿੱਚ ਤਾਂ ਇੱਕ ਅੱਖਰ ਮਵੇਂ ਕਮ ਯਾਦ ਕਰੋ, ਬਸ ਯਾਦ ਨਾਲ ਤੁਹਾਡੇ ਪਾਪ ਕੱਟ ਜਾਣਗੇ, ਸਤੋ ਪ੍ਰਧਾਨ ਬਣ ਜਾਓਗੇ। ਤੁਸੀਂ ਸਰਵ ਗੁਣ ਸੰਪੰਨ ਸੀ ਫਿਰ ਬਣਨਾ ਪਏ, ਇਹ ਵੀ ਸਮਝਦੇ ਨਹੀਂ। ਪੱਥਰ ਬੁੱਧੀਆਂ ਨਾਲ ਬਾਪ ਨੂੰ ਕਿੰਨਾ ਮੱਥਾ ਮਾਰਨਾ ਪੈਂਦਾ ਹੈ, ਇਹ ਨਿਸ਼ਚੈ ਹੋਣਾ ਚਾਹੀਦਾ ਹੈ। ਇਹ ਗੱਲਾਂ ਕੋਈ ਵੀ ਸਾਧੂ ਸੰਤ ਆਦਿ ਨਹੀਂ ਦੱਸ ਸਕਦੇ ਸਿਵਾਏ ਇੱਕ ਬਾਪ ਦੇ। ਇਹ ਕੋਈ ਈਸ਼ਵਰ ਥੋੜ੍ਹੀ ਨਾ ਹੈ, ਇਹ ਤਾਂ ਬਹੁਤ ਜਨਮਾਂ ਦੇ ਅੰਤ ਵਿੱਚ ਹੈ। ਮੈਂ ਪ੍ਰਵੇਸ਼ ਹੀ ਉਹਨਾਂ ਵਿੱਚ ਕਰਦਾ ਹਾਂ ਜਿਨ੍ਹਾਂ ਨੇ ਪੂਰੇ 84 ਜਨਮ ਲਏ ਹੈ। ਗਾਵੜੇ ਦਾ ਛੂਰਾ ਸੀ ਫਿਰ ਸ਼ਾਮ ਸੁੰਦਰ ਬਣਦੇ ਹੈ, ਇਹ ਤਾਂ ਪੂਰਾ ਗਾਵੜੇ ਦਾ ਛੂਰਾ ਸੀ। ਫਿਰ ਜਦੋਂ ਕੁਛ ਸਧਾਰਨ ਬਣਿਆ ਤਾਂ ਬਾਵਾ ਨੇ ਪ੍ਰਵੇਸ਼ ਕੀਤਾ, ਕਿਉਂਕਿ ਇੰਨੀ ਭੱਠੀ ਬਣਨੀ ਸੀ, ਇਹਨਾਂ ਨੂੰ ਖਵਾਏਗਾ ਕੌਣ? ਤਾਂ ਜ਼ਰੂਰ ਸਧਾਰਨ ਵੀ ਚਾਹੀਦਾ ਹੈ ਨਾ, ਇਹ ਸਭ ਸਮਝਣ ਦੀਆਂ ਗੱਲਾਂ ਹੈ। ਬਾਪ ਕਹਿੰਦੇ ਹੈ, ਮੈਂ ਇਹਨਾਂ 'ਤੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ ਜੋ ਸਭ ਤੋਂ ਪਾਤਿਤ ਬਣਿਆ ਹੈ। ਫਿਰ ਪਾਵਨ ਵੀ ਇਹੀ ਬਣਨਗੇ, 84 ਜਨਮ ਇਸ ਨੇ ਲਿੱਤੇ ਹੈ। ਤਤ ਤਮ ਇੱਕ ਤਾਂ ਨਹੀਂ ਬਹੁਤ ਹੈ ਨਾ, ਸੂਰਜਵੰਸ਼ੀ ਚੰਦਰਵੰਸ਼ੀ ਬਣਨ ਵਾਲੇ ਵੀ ਇੱਥੇ ਆਉਂਦੇ ਹੈ ਨੰਬਰਵਾਰ ਪੁਰਸ਼ਾਰਥ ਅਨੁਸਾਰ, ਬਾਕੀ ਠਹਿਰ ਨਹੀਂ ਸਕਣਗੇ। ਦੇਰੀ ਨਾਲ ਆਉਣ ਵਾਲੇ ਗਿਆਨ ਵੀ ਥੋੜ੍ਹਾ ਸੁਣਨਗੇ, ਫਿਰ ਦੇਰੀ ਨਾਲ ਹੀ ਆਉਣਗੇ। ਅੱਛਾ, ਮਿੱਠੇ ਮਿੱਠੇ ਸਿੱਕੀਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁਖਿਆ ਸਾਰ ਨੰਬਰ 1 ਪਰ ਬਾਪ ਜੋ ਗਿਆਨ ਸ਼ਿੰਗਾਰ ਕਰਦੇ ਹੈ ਉਸਨੂੰ ਕਾਇਮ ਰੱਖਣ ਦਾ ਪੁਰਸ਼ਾਰਥ ਕਰਨਾ ਹੈ। ਮਾਇਆ ਦੀ ਧੂਲ ਵਿੱਚ ਗਿਆਨ ਸ਼ਿੰਗਾਰ ਵਿਗਾੜਨਾ ਨਹੀਂ ਹੈ, ਪੜ੍ਹਾਈ ਚੰਗੀ ਤਰ੍ਹਾਂ ਪੜ੍ਹ ਕੇ ਅਵਿਨਾਸ਼ੀ ਕਮਾਈ ਕਰਨੀ ਹੈ। ਨੰਬਰ 2, ਇਸ ਚਿੱਤਰ ਮਤਲਬ ਦੇਹਧਾਰੀ ਨੂੰ ਸਾਹਮਣੇ ਰੱਖਦੇ ਹੋਏ ਬੁੱਧੀ ਨਾਲ ਵਿਚਿੱਤਰ ਬਾਪ ਨੂੰ ਯਾਦ ਕਰਨਾ ਹੈ। ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਨਹੀਂ ਪਾਉਣੀ ਹੈ, ਬੇਹਦ ਦੇ ਬਾਪ ਤੋਂ ਕੁਛ ਵੀ ਮੰਗਣਾ ਨਹੀਂ ਹੈ। ਵਰਦਾਨਾਂ 'ਚ ਤਾਂ ਸਮੇਂ ਦੇ ਮਹੱਤਵ ਨੂੰ ਜਾਣ, ਫਾਸਟ ਆਉਣ ਵਾਲੇ ਤੀਵਰ ਗਤੀ ਦੇ ਪੁਰਸ਼ਾਰਥੀ ਭਵ। ਸਮੇਂ ਦੇ ਮਹੱਤਵ ਨੂੰ ਜਾਣ, ਫਾਸਟ ਆਉਣ ਵਾਲੇ ਤੀਵਰ ਗਤੀ ਦੇ ਪੁਰਸ਼ਾਰਥੀ ਭਵ। ਆਜ ਬਾਪ ਦਾਦਾ ਆਖਦੇ ਨੇ, ਅਵਿਅਕਤ ਪਾਠ ਵਿੱਚ ਆਏ ਹੋਈ ਆਤਮਾਵਾਂ ਨੂੰ ਲਾਸਟ ਸੋ ਫਾਸਟ, ਫਾਸਟ ਸੋ ਫਸਟ ਆਉਣ ਦਾ ਵਰਦਾਨ ਪ੍ਰਾਪਤ ਹੈ। ਤਾਂ ਸਮੇਂ ਦੇ ਮਹੱਤਵ ਨੂੰ ਜਾਣ, ਮਿਲੇ ਹੋਏ ਵਰਦਾਨ ਨੂੰ ਸਵਰੂਪ ਵਿੱਚ ਲਿਆਓ। ਇਹ ਅਵਿਅਕਤ ਪਾਲਣਾ ਸਹਿਜ ਹੀ ਸ਼ਕਤੀਸ਼ਾਲੀ ਬਣਾਉਣ ਵਾਲੀ ਹੈ, ਇਸ ਲਈ ਜਿੰਨਾ ਅੱਗੇ ਵਧਣਾ ਚਾਹੋ ਵੱਧ ਸਕਦੇ ਹੋ। ਬਾਪ ਦਾਦਾ ਅਤੇ ਨਿਮਿਤ ਆਤਮਾਵਾਂ ਦੀ ਸਰਵ ਦੇ ਪ੍ਰਤੀ ਸਦਾ ਅੱਗੇ ਉਡਾਣ ਦੀਆਂ ਦੁਆਵਾਂ ਹੋਣ ਦੇ ਕਾਰਨ ਤੀਵਰ ਗਤੀ ਦੇ ਪੁਰਸ਼ਾਰਥ ਦਾ ਭਾਗ ਸਹਿਜ ਮਿਲਿਆ ਹੋਇਆ ਹੈ। ਸਲੋਗਨ ਇਸ ਦਾ, ਨਿਰਾਕਾਰ ਸੋ ਸਾਕਾਰ ਦੇ ਮਹਾਮੰਤਰ ਦੀ ਸਮ੍ਰਿਤੀ ਨਾਲ ਨਿਰੰਤਰ ਯੋਗੀ ਭਵ। ਨਿਰਾਕਾਰ ਸੋ ਸਾਕਾਰ ਦੇ ਮਹਾਮੰਤਰ ਦੀ ਸਮ੍ਰਿਤੀ ਨਾਲ ਨਿਰੰਤਰ ਯੋਗੀ ਭਵ। ਓਮ ਸ਼ਾਂਤੀ।